ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2-3 ਦਿਨਾਂ ਤੋਂ ਦਿੱਲੀ ਦੇ ਵਿੱਚ ਇੱਕ ਐਸਾ ਮਾਹੌਲ ਬਣਾ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ। ਗੁਰਬਾਣੀ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹੈ। ਮੈਂ ਅੱਜ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਗੁਰਦੁਆਰਾ ਸੀਸਗੰਜ ਸਾਹਿਬ ਕਾਰ ਸੇਵਾ ਵਾ ਚੱਲ ਰਹੀ ਹੈ, ਬਹੁਤ ਹੀ ਸਤਿਕਾਰਿਤ ਬਾਬਾ ਬਚਨ ਸਿੰਘ ਜੀ ਔਰ ਉਹਨਾਂ ਦੀ ਸੰਸਥਾ ਬਾਬਾ ਸੁਰਿੰਦਰ ਜੀ ਸਾਡੇ ਨਾਲ ਬੈਠੇ ਨੇ, ਬਾਬਾ ਰਵੀ ਜੀ ਸਾਡੇ ਨਾਲ ਬੈਠੇ ਨੇ। ਜਿਹੜੀਆਂ ਸਾਰੀਆਂ ਸੇਵਾਵਾਂ ਉੱਥੇ ਚੱਲ ਰਹੀਆਂ ਨੇ ਉਹਦੇ ਵਿੱਚ ਜਿੱਥੇ ਅੰਦਰਲੇ ਹਾਲ ਦੇ ਵਿੱਚ ਮੀਨਾਕਾਰੀ ਦਾ ਕੰਮ ਚੱਲ ਰਿਹਾ, ਪੇਂਟ ਦਾ ਕੰਮ ਚੱਲ ਰਿਹਾ ਔਰ ਉੱਥੇ ਜਿੱਥੇ ਗੁਰਬਾਣੀ ਦੇ ਅੱਖਰ ਲਿਖੇ ਨੇ, ਗੁਰਬਾਣੀ ਲਿਖੀ ਹੈ ਉਹਦੇ ਅੱਖਰਾਂ ਦੇ ਵਿੱਚ ਕਿਧਰੇ ਨਾ ਕਿਧਰੇ ਜਿਹੜੀਆਂ ਕਮੀਆਂ ਦੇ ਬਾਰੇ ਇਸ ਗੱਲ ਨੂੰ ਚੁੱਕਿਆ ਗਿਆ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਉਹਦਾ ਪ੍ਰੋਸੈਸ ਕੀ ਹੈ, ਉਹਦਾ ਪ੍ਰੋਸੈਸ, ਕਿਉਂਕਿ ਇਹ ਪਿਛਲੇ 35-40 ਸਾਲਾਂ ਤੋਂ ਇੱਥੇ ਪੱਥਰ ਲੱਗੇ ਆ ਔਰ ਉਹਨਾਂ ਦੇ ਵਿੱਚ ਜਿਹੜੀਆਂ ਲਿਖਾਈ ਦੇ ਵਿੱਚ ਕਮੀਆਂ ਸੀ, ਕਿਉਂਕਿ ਪਹਿਲੇ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਸੀ ਔਰ ਉੱਥੇ ਜਿਹੜੀਆਂ ਉਹ ਪੱਥਰ ਦੇ ਵਿੱਚ ਇੰਗਰੇਵ ਚੀਜ਼ਾਂ ਨੇ, ਬਾਬਾ ਜੀ ਉਹਨਾਂ ਨੇ ਉਸੇ ਚੀਜ਼ ਦੇ ਉੱਤੇ ਉਹਨੂੰ ਹਾਈਲਾਈਟ ਕੀਤਾ, ਕਿਉਂਕਿ ਇਸ ਵਾਰੀ ਉਹਦੇ ਉੱਤੇ ਜਿਹੜਾ ਕੰਮ ਹੋ ਰਿਹਾ ਗੋਲਡਨ ਪੇਂਟ ਦੇ ਨਾਲ ਹੋ ਰਿਹਾ ਔਰ ਇਸ ਕਰਕੇ ਦੂਰੋਂ ਚਮਕਦਾ ਉਹ ਜਿਹੜਾ ਪੇਂਟ ਚਮਕਣ ਦੇ ਨਾਲ ਜਿਹੜੀਆਂ ਉਹਦੇ ਵਿੱਚ ਕਮੀਆਂ ਪੁਰਾਣੇ ਸਮੇਂ ਦੇ ਵਿੱਚ ਹੈਗੀਆਂ ਸੀ, ਇਹਨਾਂ ਦਾ ਕੰਮ ਸਿਰਫ ਉਸਨੂੰ ਵਾਪਿਸ ਉਸ ਜਗ੍ਹਾ ਨੂੰ ਐਜ਼ ਇਟ ਇਜ਼ ਬਣਾਉਣਾ ਔਰ ਉਸ ਤੋਂ ਬਾਅਦ ਅਸੀਂ ਗ੍ਰੰਥੀ ਸਾਹਿਬ ਸੀਸਗੰਜ ਸਾਹਿਬ ਜੀ ਦੇ ਉਹਨਾਂ ਦੀ ਡਿਊਟੀਆਂ ਲਾਈਆਂ ਹੋਈਆਂ ਸੀ ਕਿ ਜਿਹੜਾ ਬਲੌਕ ਤਿਆਰ ਹੋ ਜਾਏ ਉਹਦੇ ਵਿੱਚੋਂ ਕਮੀ ਕੱਢ ਕੇ ਤੁਸੀਂ ਉਹਨੂੰ ਠੀਕ ਕਰਾਉਣਾ, ਜਿਹੜੀ ਹੱਥੋਂ ਹੱਥ ਠੀਕ ਹੋ ਸਕਦੀ ਹੈ ਬਾਬਾ ਜੀ ਔਰਾਂ ਨੇ ਇਹਨੂੰ ਠੀਕ ਕਰਾਤਾ। ਕਈ ਇਹੋ ਜਿਹੇ ਅੱਖਰ ਹੈਗੇ ਹੈ ਜਿਨ੍ਹਾਂ ਨੂੰ ਇੰਗਰੇਵ ਕਰਕੇ ਹੀ ਠੀਕ ਕੀਤਾ ਜਾ ਸਕਦਾ ਹੈ, ਕਿਉਂਕਿ ਉਹਨਾਂ ਦੇ ਉੱਪਰ ਜਿਹੜੀ ਮੀਨਾਕਾਰੀ ਪੱਥਰ ਦੀ ਹੋ ਰੁਕੀ ਉਹਦੀ ਜਗ੍ਹਾ ਨਾ ਹੋਣ ਕਰਕੇ ਕਈ ਇਹੋ ਜਿਹੇ ਕੰਮ ਨੇ ਜਿਹੜੇ ਇਹਨਾਂ ਦੇ ਸਕੋਪ ਦੇ ਵਿੱਚ ਹੈਗੇ ਨੇ ਔਰ ਉਹਨਾਂ ਨੂੰ ਇਸ ਕਰਕੇ ਰੋਕਿਆ ਗਿਆ। ਹਲੇ ਉੱਥੇ ਕੰਮ ਚੱਲ ਰਿਹਾ ਔਰ ਇਹ ਕੰਮ ਹਲੇ ਲਗਾਤਾਰ, ਕਿਉਂਕਿ ਉਹਦੇ ਵਿੱਚ ਬਹੁਤ ਵੱਡੀ ਸੇਵਾ ਹੈ, ਉਹਦੇ ਵਿੱਚ ਜਿਹੜਾ ਕਲਰ ਕੋਂਬੀਨੇਸ਼ਨ ਬਣਾਇਆ ਜਾ ਰਿਹਾ, ਕਲਰ ਉਹਦੇ 'ਚ ਫਿਲ ਕੀਤਾ ਜਾ ਰਿਹਾ, ਇਹ ਹਲੇ ਕੰਮ ਚੱਲਦਾ ਪਿਆ। ਉਸ ਚੱਲਦੇ ਕੰਮ ਦੇ ਵਿੱਚ ਜਾ ਕੇ ਇਹੋ ਜਿਹੀਆਂ ਤਰੁੱਟੀਆਂ ਕੱਢਣੀਆਂ ਸ਼ੁਰੂ ਕਰਤੀਆਂ ਗਈਆਂ ਕਿ ਜਿਸ ਤਰੀਕੇ ਦੇ ਨਾਲ ਅਸੀਂ ਰੋਜ਼ ਬੋਰਡ ਦੇ ਉੱਤੇ ਹੁਕਮਨਾਮਾ ਲਿਖਦੇ ਹਾਂ ਔਰ ਲਿਖਦੇ ਲਿਖਦੇ ਅੱਧਾ ਕੁ ਹੁਕਮਨਾਮਾ ਲਿਖਿਆ ਜਾਏ ਔਰ ਕੋਈ ਫੋਟੋ ਖਿੱਚ ਕੇ ਕੱਲ੍ਹ ਕਹਿ ਦੇਵੇ ਕਿ ਜੀ ਇਹ ਬਾਣੀ ਦਾ ਅਨਾਦਰ ਕਰਤਾ ਜੀ, ਅੱਧਾ ਹੁਕਮਨਾਮਾ ਲਿਖਣਾ ਸ਼ੁਰੂ ਕਰਤਾ। ਇਹੋ ਜਿਹੀਆਂ ਕੋਝੀਆਂ ਸਾਜ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਔਰ ਨਮੋਸ਼ੀ ਹੁੰਦੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ ਇਹਨਾਂ ਦੇ ਇਹੋ ਜਿਹੀਆਂ ਗੱਲਾਂ ਨੂੰ ਇਸ਼ੂ ਚੁੱਕ ਕੇ ਔਰ ਉਹਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਦਾਅਵੇ ਠੋਕਦੇ ਹੈ, ਅਕਾਲ ਤਖਤ ਸਾਹਿਬ ਜਾਂਦੇ ਹੈ। ਸੋ ਇਹ ਜਿਹੜੀਆਂ ਸਪਸ਼ਟੀਕਰਨ ਦੇਣ ਵਾਸਤੇ ਜਿੱਥੇ ਮੈਂ ਆਪ ਆਪਣੀ ਜ਼ਿੰਮੇਵਾਰੀ ਸਮਝੀ ਹੈ, ਬਾਬਾ ਜੀ ਉਹਨਾਂ ਨੂੰ ਕਹਾਂਗਾ ਕਿ ਜ਼ਰੂਰ ਆਪਣੀ ਗੱਲ ਦੱਸਣ ਔਰ ਭਾਈ ਸਾਹਿਬ ਉਹਨਾਂ ਗੱਲ ਦੱਸਣਗੇ ਕਿ ਜੋ ਜੋ ਇਹ ਗੱਲਾਂ ਉਸ ਤਰੀਕੇ ਦੇ ਨਾਲ ਉੱਤੇ ਹੋ ਰਹੀ ਹੈ। ਸੋ ਮੈਂ ਬੇਨਤੀ ਕਰਾਂਗਾ ਪਹਿਲੇ ਬਾਬਾ ਸੁਰਿੰਦਰ ਜੀ, ਜਿਹੜੇ ਸਾਰੀ ਦਿੱਲੀ ਦੇ ਵਿੱਚ ਜਿੰਨੀਆਂ ਵੀ ਕਾਰ ਸੇਵਾਵਾਂ ਹੁੰਦੀਆਂ ਉਹਨੂੰ ਸਭ ਤੋਂ ਅੱਗੇ ਵੱਧ ਕੇ ਇਹੀ ਦੇਖਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ, ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਆਪਣੀ ਗੱਲ ਜ਼ਰੂਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਿੱਖ ਪੰਥਕ ਕਮੇਟੀ ਵੱਲੋਂ ਜੋ ਸੀਸਗੰਜ ਸਾਹਿਬ ਦੇ ਅੰਦਰ ਦੀ ਸੇਵਾ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਨੂੰ ਦਿੱਤੀ ਗਈ ਸੀ, ਉਸ ਸੰਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜੋ ਉੱਥੇ ਜੋ ਤੁਕਾਂ ਲਿਖੀਆਂ ਉਹ ਪੱਥਰ ਗ੍ਰਿਵ ਹੋਈਆਂ ਨੇ, ਪੁਰਾਣੇ ਸਮੇਂ ਦੀਆਂ ਹੋਈਆਂ ਨੇ, ਕੁਛ ਕੋਈ ਛੇੜਛਾੜ ਨਹੀਂ ਕੀਤੀ, ਨਾ ਕੋਈ ਵਧਾਏਗੀ ਨਾ ਕਟਾਏਗੀ। ਅਸੀਂ ਉੱਥੇ ਗੋਲਡਨ ਸੋਨਾ ਅਤੇ ਦੂਜਾ ਰੰਗ ਕਰਕੇ ਉਹਨੂੰ ਉਹਨੂੰ ਸੁੰਦਰੀ ਦਿੱਤਾ, ਉਹਨੂੰ ਭਰਿਆ ਹੈ, ਉਹ ਭਰਨ ਨਾਲ ਉਹ ਉਗੜਿਆ, ਕੁਛ ਪੁਰਾਣੀਆਂ ਜਿਹੜੀ ਟੂਟੀਆਂ ਪਹਿਲਾਂ ਹੋਣਗੀਆਂ ਉਹੀ ਹੋ ਜਾਈਆਂ ਨੇ, ਕੁਛ ਨਾ ਕੋਈ ਨਵਾਂ ਕੁਛ ਰੰਗ ਮਾਤ ਲਾਈ ਗਈ ਹੈ ਨਾ ਹਟਾਈ ਗਈ ਹੈ, ਜੋ ਹੈ ਜਿਹੜੇ ਜੋ ਪੁਰਾਣਾ ਉਹੀ ਇਹੀ ਕਿਉਂਕਿ ਤਾਂ ਉਸ ਕੋਈ ਛੇੜਛਾੜ ਨਹੀਂ ਕੀਤੀ। ਮੇਰੀ ਇਹੀ ਬੇਨਤੀ ਹੈ, ਕੁਛ ਉਨਤਾਈਆਂ ਹੈ ਨੇ, ਭਾਈ ਸਾਹਿਬ ਜੀ ਪ੍ਰਧਾਨ ਸਾਹਿਬ ਨੇ ਡਿਊਟੀ ਲਾਈ ਹੈ, ਜੋ ਉਹ ਚਾਹੀਏ ਪੰਥ ਵੇਖ ਕੇ ਸਰਕਾਰ ਨੂੰ ਠੀਕ ਕੀਤਾ ਜਾ ਸਕਦਾ ਸੀ, ਕੋਈ ਗੱਲ ਨਹੀਂ ਗੀ। ਮੇਰੀ ਇਹੀ ਸਾਨੂੰ ਬੇਨਤੀ ਹੈਗੀ, ਜੋ ਟੂਟੀ ਕੋਈ ਹੈ ਪਿੱਛੇ ਕੋਈ ਪਿਛਲੇ ਟਾਈਮ ਜਦੋਂ ਕਿ ਰਹਿ ਗਈ ਹੋਈ ਹੋਏਗੀ ਤਾਂ ਉਹਨੂੰ ਠੀਕ ਵੀ ਕੀਤਾ ਜਾਂਦਾ, ਜੋ ਪ੍ਰਧਾਨ ਸਾਹਿਬ ਡਿਊਟੀ ਲਾਉਣਗੇ ਜਿੱਥੇ ਕੋਈ ਉਨਤਾਈ ਹੈ ਉਹ ਆਪਾਂ ਜੇ ਬੇਨਤੀ ਪੰਥ ਕਰੇਗਾ ਉਸ ਠੀਕ ਕਰ ਦਿੱਤੀ ਜਾਏਗੀ, ਪਰ ਜੋ ਆਇਆ ਜਿੱਥੇ ਜੋ ਉਹੀ ਹੈ ਉਸ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ। ਮੇਰੀ ਇਹ ਬੇਨਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਾਂਗਾ ਸੀਸਗੰਜ ਸਾਹਿਬ ਦੇ ਗ੍ਰੰਥੀ ਸਾਹਿਬਾਨ ਜਿਨ੍ਹਾਂ ਦੀ ਡਿਊਟੀ ਹੈੱਡ ਗ੍ਰੰਥੀ ਸਾਹਿਬ ਨੇ ਲਾ ਰੱਖੀ ਹੈ ਔਰ ਇਹ ਜਿਸ ਤਰੀਕੇ ਦੇ ਨਾਲ ਜਿਹੜਾ ਬਲੌਕ ਠੀਕ ਹੁੰਦਾ ਉਹਨੂੰ ਕੰਪਲੀਟ ਹੁੰਦਾ ਉਹਨੂੰ ਇਹ ਚੈੱਕ ਕਰਦੇ ਨੇ ਔਰ ਚੈੱਕ ਕਰਨ ਤੋਂ ਬਾਅਦ ਕੋਈ ਕਮੀ ਹੋ ਰਹੀ ਹੈ ਉਹਨੂੰ ਨਾਲੋਂ ਨਾਲ ਠੀਕ ਕਰਾ ਰਹੇ ਨੇ, ਜਿਹੜੀ ਗੱਲ ਮੈਂ ਪਹਿਲੀ ਵੀ ਕਹੀ, ਔਰ ਜਿਹੜੀ ਨਹੀਂ ਹੋ ਸਕਦੀ ਉਸ ਬਲੌਕ ਨੂੰ ਰੋਕਾ ਜਾਂਦਾ ਕਿਉਂਕਿ ਉਹਦੇ ਵਿੱਚ ਇੰਗਰੇਵਿੰਗ ਕਰਕੇ ਹੋਣੀ ਹੈ। ਹੁਣੇ ਵੀ ਬਾਬਾ ਜੀ ਸਾਨੂੰ ਇਹ ਗੱਲ ਕਰ ਰਹੇ ਸੀ ਕਿ ਜਿਹੜੀਆਂ ਤੁਸੀਂ ਸਾਰੀਆਂ ਪਹਿਲੇ ਇੱਕ ਇਹਦੀਆਂ ਜਿਹੜੀਆਂ ਮਿਸਟੇਕਸ ਹੈਗੀਆਂ ਨੇ
उन्होंने सारियां इकट्ठी कर ली जाए और क्योंकि जितने इंग्रेविंग होनी है वो वाला पार्ट वैसे उन्होंने स्पैशल टीम बुलानी पैनी है। सो एक काम चलते काम के जी है गलों नुकताचीनी करनी शुरू की है। मैं भाई साहब उन्होंने कहाँगा अपनी गल रख चलो कार सेवा वाले बाबा बचन सिंह जी के अंडर चल रही है तो इन वालों हूबहू जो जिस तरह पंक्तियां जो लिखिया ने इन्होंने कहा कि असी ये कोई छेड़छाड़ नहीं करा अपने वाले ही उस तरह ही लिखा तो हम बाबा जी उन्होंने जो बेनती की है भी ये भावें पुरानिया ने पुरातन लिखिया हुई ने भावें काफ़ी सालों तो लिखिया हुई ने पर इन कुछ गलतियां ने जिस तरह औंकड़ है ज कित शहारी है एक रह गई ने तो उन्होंने हम सा ड्यूटी लाई गई है हरगंथी साहब वालों के इन्हों भावें कि पुरानिया गलतियां ने पर हूँ इन्हों दोबारा वो गलतियां जड़ियाँ वो ठीक कीतिया जा ते काफ़ी गलतियां असी आ फोटो खिंच के लाए मोबाइल के काफ़ी गलतियां जड़ियाँ ने वो ठीक कर दित्तियां गई ने ते जो रह गई ने वो नाल नाल जिस तरह पत्थर दे जगह घट है तो वो उत्थे अंकड़ पाउणा तो वह जगह नहीं बचती तो वो हौली हौली ठीक कर रहे हैं जिस तरह भी उस समय के नाल चल रहे हैं। सो बेनती है कि अजे काम जिहड़ा वो संपूर्ण नहीं होया अजे काम चल रहा तो चलते काम के इस तरह वीडियो नहीं पानी चाहिए जो काम समाप्त हो जाए पूरा हो जाए उस तो बाद अगर कोई गलती होएगी तो फिर असी जिम्मेवार हाँ तो इस तरह चलते काम के जी वीडियो ये नहीं शेयर करनी चाहिए। तुसी सुनिया कि जिस तरीके ने भाई साहब ने भी किया और बाबा जी उन्होंने भी गल दसी है और ये चलते काम के करके मैं संगतों को भी कहांगा कि इहो जिहे लोग जिहड़ी संगत को गुमराह करते हैं अपनी कोजी पॉलिटिक्स चलाने वास्ते लोगों के इहो जिहे मैसेजिज पाने कमेटी को भंडन की गल करते हैं और मैं खास तौर पर बेनती करांगा जथेदार अकाल तख्त साहब जी के कि जिहड़े बंदे तुहाडे नाल इहो जिहियां गल्लां दीआं कंप्लेंटां लैके आण उहदी तहकीकात करो कि इन्हां लोगों का पिछला पिछोकड़ की है और इन लोगों ने हमेशा कौम के नाल त्रो कमाया और इन लोगों दिया गल्लां दे उत्ते आ के जिस तरीके नाल संगत दे विच एक दिलां दे विच मैं समझदा कि एक कन्फ्यूजन क्रिएट हुंदी है वो उस चीज़ नूं जरूर रोकिया जाए और जथेदार अकाल साहब नूं बेनती करांगा कि सख्त तो सख्त इन्हां दे खिलाफ कार्रवाई करनी चाहिए। हरमीत जी एक ना होर इशू उठा है सीसगंज दे जिहड़े सामने चुबारे ते जदों डेट लिखी हुई सी वो भी पिछले किसी समय दे विच वो हटाती गई है जो पुरातन डेट उजागर करा ਹਰਮੀਤ ਸਿੰਘ ਜੀ ਜਿਹੜੇ ਦੋ ਮੈਂਬਰ ਬੀਬੀ ਰਣਜੀਤ ਕੌਰ ਬੱਬਰ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਇਸੀ ਮਸਲੇ ਦੇ ਉੱਤੇ ਔਰ ਬਾਕਾਇਦਾ ਉਹ ਲਿਖਤੀ ਕੰਪਲੇਂਟ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਗਏ ਨੇ ਕਿ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਇਹ ਸ਼੍ਰੋਮਣੀ ਕਮੇਟੀ ਵੱਲੋਂ ਅੰਤਰ ਕਰਨ ਨੂੰ ਕੋਈ ਕੰਟੈਕਟ ਕੀਤਾ ਗਿਆ। ਦੇਖੋ ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੋਂ ਉਹਨਾਂ ਨੂੰ ਬੜੀ ਚੰਗੀ ਤਰੀਕੇ ਬਹੁਤ ਸੂਝਵਾਨ ਨੇ ਔਰ ਉਹਨਾਂ ਨੂੰ ਸਭ ਪਤਾ ਹੈ ਕਿ ਇਹ ਮੁੱਦੇ ਕਿਉਂ ਬਣਾਏ ਜਾਂਦੇ ਨੇ। ਮੈਂ ਹੁਣੇ ਤੁਹਾਡੇ ਨਾਲ ਪ੍ਰੈਸ ਵਿੱਚ ਇਹੀ ਗੱਲ ਕੀਤੀ ਹੈ ਕਿ ਉਹ ਇਸ ਚੀਜ਼ ਦਾ ਸੰਗਿਆਨ ਲੈਣਾ ਬੜਾ ਜ਼ਰੂਰੀ ਹੈ ਕਿ ਆਪਣੇ ਪੋਲੀਟੀਕਲ ਮੋਟਿਵ ਵਾਸਤੇ ਤੁਸੀਂ ਕੌਮ ਨੂੰ ਬਦਨਾਮ ਕਰਨਾ ਕਮਿਊਨਿਟੀ ਦੇ ਇਸ ਅਦਾਰੇ ਨੂੰ ਬਰਬਾ ਕੀ ਕਹਿੰਦੇ ਬਦਨਾਮ ਕਰਨਾ ਇਹ ਬੜੀ ਨਿਮੋਸ਼ੀ ਦੀ ਗੱਲ ਹੈ ਔਰ ਜਥੇਦਾਰ ਸਾਹਿਬ ਨੂੰ ਇਹਦੇ ਉੱਤੇ ਸੰਗਿਆਨ ਲੈਣਾ ਚਾਹੀਦਾ। ਸਾਡੇ ਕੋਲ ਉਹਨਾਂ ਨੇ ਕੋਈ ਕਾਰਵਾਈ ਦੀ ਕੋਈ ਗੱਲ ਨਹੀਂ ਪੁੱਛੀ ਕਿਉਂਕਿ ਉਹਨਾਂ ਨੂੰ ਇਹ ਗੱਲ ਜਦ ਮੈਂ ਮੀਡੀਆ ਰਾਹੀਂ ਅੱਜ ਤੋਂ 3 ਦਿਨ ਪਹਿਲੇ 4 ਦਿਨ ਪਹਿਲੇ ਮੈਂ ਖੁਦ ਕਈ ਚੈਨਲਸ ਦੇ ਉੱਤੇ ਮੈਂ ਬੋਲ ਚੁੱਕਾ ਸੋ ਉਹਨਾਂ ਨੂੰ ਉਹਨਾਂ ਨੂੰ ਪਤਾ ਚੱਲ ਗਿਆ ਹੋਏਗਾ ਕਿ ਇਹ ਕੰਮ ਕਿਉਂ ਹੈ ਕਿਉਂਕਿ ਉਹ ਪ੍ਰੈਕਟੀਕਲ ਬੰਦੇ ਨੇ ਔਰ ਸਭ ਨੂੰ ਪਤਾ ਹੈ ਕਿ ਜਦ ਕਾਰ ਸੇਵਾਵਾਂ ਕੰਪਲੀਟ ਨਹੀਂ ਹੋਈਆਂ ਹੁੰਦੀਆਂ ਅਤੇ ਵਿੱਚ ਕਈ ਚੀਜ਼ਾਂ ਦੇ ਉੱਤੇ ਤਰੁੱਟੀਆਂ ਆਈਆਂ ਹੁੰਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਦੇ ਜਿੱਥੇ ਕਿਧਰੇ ਬਾਣੀ ਲਿਖੀ ਹੋਏ ਸੋ ਉਹਨਾਂ ਨੂੰ ਇਹ ਪ੍ਰੈਕਟੀਕਲ ਗੱਲਾਂ ਸਭ ਪਤਾ ਨੇ ਔਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਖਾਸ ਤੌਰ 'ਤੇ ਮੈਂ ਗ੍ਰੰਥੀ ਸਾਹਿਬਾਂ ਨੂੰ ਔਰ ਬਾਬਾ ਜੀ ਨੂੰ ਬੁਲਾ ਕੇ ਕਮਿਊਨਿਟੀ ਨੂੰ ਇੱਕ ਗੱਲ ਦੀ ਕਲੈਰਿਟੀ ਦੇਣ ਵਾਸਤੇ ਕਿ ਇਸ ਤਰੀਕੇ ਦੇ ਲੋਕ ਜਿਹੜੇ ਕੌਮ ਨੂੰ ਭੰਬੜ ਭੂਸੇ 'ਚ ਪਾਉਂਦੇ ਨੇ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਠੀਕ ਹੈ, ਥੈਂਕ ਯੂ।